ਪੰਜਾਬ ਦਾ ਇੱਕ ਹਿੱਸਾ ਇਸ ਵੇਲੇ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਅਤੇ ਜੇਕਰ ਗੱਲ ਨਾਭਾ ਹਲਕੇ ਦੀ ਕੀਤੀ ਜਾਵੇ ਤਾਂ ਹਲਕੇ ਦੇ ਦਰਜਨਾਂ ਪਿੰਡਾਂ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਅਤੇ ਕਈ ਪਿੰਡਾਂ ਦਾ ਆਪਸ ਵਿੱਚ ਸੰਪਰਕ ਟੁੱਟ ਚੁੱਕਾ ਹੈ। ਹਲਕੇ ਦੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ ਨੇ ਸਮੇਂ ਸਿਰ ਡਰੇਨਾਂ ਦੀ ਸਫਾਈ ਕਰਵਾਈ ਹੁੰਦੀ ਤਾਂ ਅੱਜ ਉਹਨਾਂ ਨੂੰ ਇਹ ਨੁਕਸਾਨ ਨਾ ਝੱਲਣਾ ਪੈਂਦਾ। ਹੜ੍ਹ ਦੀ ਮਾਰ ਚੱਲ ਰਹੇ ਵੱਖ ਵੱਖ ਪਿੰਡਾਂ ਦਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮੱਖਣ ਸਿੰਘ ਲਾਲਕਾ ਵੱਲੋਂ ਵੀ ਦੌਰਾ ਕੀਤਾ ਗਿਆ। ਉਹਨਾਂ ਵੀ ਕਾਂਗਰਸ ਸਰਕਾਰ ਤੇ ਅਣਗਹਿਲੀ ਦਾ ਦੋਸ਼ ਲਗਾਇਆ ਹੈ। ਇਸ ਮੌਕੇ ਉਹਨਾਂ ਨਾਲ ਹੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਕਿਸਾਨਾਂ ਨੂੰ ਹੁਣ 40,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ। ਦਿੱਤੇ ਆ ਜੀ ਪਟਿਆਲੇ ਜ਼ਿਲ੍ਹੇ ਔਰ ਸੰਗਰੂਰ ਦੀ ਹੱਦ ਹੈ ਇੱਥੇ ਪੈਂਦੀ। ਸਾਡਾ ਪਿੰਡ ਤੁੰਗਾ ਇਹ ਨਾਲ ਹਸਨਪੁਰ ਹੈ। ਹਸਨਪੁਰ ਦੀ ਵੀ ਜ਼ਮੀਨ 'ਚ ਮਤਲਬ ਤਬਾਹੀ ਹੋਈ ਹੈ, ਚੱਠਿਆਂ ਦੀ ਜ਼ਮੀਨ 'ਚ ਵੀ ਤਬਾਹੀ ਹੋਈ ਹੈ, ਉਸ ਅੱਚਲ ਦੀ ਜ਼ਮੀਨ 'ਚ ਵੀ ਤਬਾਹੀ ਹੋਈ ਹੈ। ਅਸੀਂ ਚਾਹੁੰਦੇ ਹਾਂ, ਪਹਿਲਾਂ ਅਸੀਂ ਅਸ਼ਨੀਮ ਸਾਹਿਬ ਨੂੰ ਵੀ ਮਿਲ ਕੇ ਆਏ ਹਾਂ ਵੀ ਇਹ ਨਾ ਇੱਥੇ ਪਟਵਾਰੀ ਆਏ ਆ ਨਾ ਉਹਨਾਂ ਨੇ ਕੋਈ ਰੋਜ਼ਨਾਮਚਾ ਲਿਖਿਆ ਵੀ ਇੱਥੇ ਹੜ੍ਹ ਆ ਗਏ। ਪਟ ਐਸਡੀਐਮ ਸਾਹਿਬ ਨੂੰ ਵੀ ਕਿਹਾ ਸੀ ਪਰ ਫਿਰ ਵੀ ਪਟਵਾਰੀ ਨਹੀਂ ਆਇਆ। ਸੋ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਜਿਹੜੇ ਬੰਦਿਆਂ ਦੀ ਮਤਲਬ ਸਾਰੀ ਫਸਲ ਮਰ ਗਈ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਤੁਰੰਤ ਗਦਾਵਰੀ ਕਰਵਾਈ ਜਾਵੇ। ਧਨੌਰੀ ਆ, ਹਿੰਮਤਪੁਰਾ 6-7 ਪਿੰਡ ਆ ਜਿਹੜੇ, ਇਹਦਾ ਸੰਪਰਕ ਸਾਡੇ ਤੁੰਗਾ ਪਿੰਡ ਨਾਲ ਟੁੱਟ ਗਿਆ। ਅਸੀਂ ਕਈ ਵਾਰ ਪਹਿਲਾਂ ਵੀ SDM ਸਾਹਿਬ ਨੂੰ ਬੇਨਤੀ ਕਰ ਚੁੱਕੇ ਹਾਂ, ਲਿਖਤੀ ਦਰਖਾਸਤਾਂ ਵੀ ਦੇ ਚੁੱਕੇ ਹਾਂ ਚੋਏ ਦੀ ਸਫਾਈ ਵਾਸਤੇ, ਪਰ ਐਤਕੀ ਬਿਲਕੁਲ ਵੀ ਕੋਈ ਚੋਏ ਦੀ ਸਫਾਈ ਨਹੀਂ ਹੋਈ ਕਿਉਂਕਿ ਸਾਡਾ ਜਿਹੜਾ ਉਰੇ ਏਰੀਆ ਉਰੇ ਨਾ ਦੋ ਸਾਡੇ ਡਰੇਨਾਂ ਇਕੱਠੀਆਂ ਹੁੰਦੀਆਂ ਨੇ ਆ ਕੇ, ਇੱਕ ਮੋਲਗੋਰਾ ਡਰੇਨ ਅਤੇ ਸਰਵੰਦ 'ਚੋਂ ਆ। ਇਹਦੇ ਕਰਕੇ ਸਾਡੇ ਬਹੁਤ ਜ਼ਿਆਦਾ ਵੱਡੀ ਤਬਾਹੀ ਹੁੰਦੀ ਆ। ਅਸੀਂ ਕਈ ਵਾਰ ਪਹਿਲਾਂ ਸਰਕਾਰ ਨੂੰ ਬੇਨਤੀ ਕਰ ਚੁੱਕੇ ਹਾਂ ਪਰ ਕਦੇ ਕੋਈ ਇੱਦਾਂ ਦਾ ਇਹਨਾਂ ਨੇ ਸਫਾਈ ਦਾ ਕੋਈ ਨਾਂ ਨਹੀਂ ਲਿਆ। ਪਰ ਸਾਡੇ ਸੁਸਾਇਟੀ ਜਾਂ ਕੋਆਪਰੇਟਿਵ ਸੁਸਾਇਟੀ ਉਹਦਾ ਗੁਦਰਾਉਣ ਆ, ਸਾਡਾ 25 ਲੱਖ ਦਾ ਜਿਹੜਾ ਉਰੇ ਰੇਹ ਪਿਆ DAP ਉਹ ਡੁੱਬ ਚੁੱਕਿਆ ਅਤੇ ਪ੍ਰੈ ਸਕੂਲ ਡੁੱਬ ਚੁੱਕਿਆ, ਸਾਡਾ ਬਹੁਤ ਬੁਰਾ ਹਾਲ ਆ। ਕਿਸਾਨਾਂ ਦੀ ਹਜ਼ਾਰਾਂ ਏਕੜ ਜਿਹੜੀ ਫਸਲ ਆ ਉਹ ਮਰ ਗਈ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੋ ਹੋ ਗਿਆ ਹੋ ਗਿਆ, ਹੁਣ ਸਾਨੂੰ ਜਿਹੜਾ 50,000 ਰੁਪਏ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਕਿਸਾਨ ਆਪਦੀ ਰੋਜ਼ੀ ਰੋਟੀ ਬਚਾ ਸਕਣ। ਗਿਆ ਪਰ ਇੱਥੇ ਜਿੱਥੇ ਖੜ੍ਹੇ ਹਾਂ, ਇੱਥੇ 4-5 ਪਿੰਡਾਂ ਦਾ ਪੁਆਇੰਟ ਹੈ ਜਿੱਥੇ ਇਕੱਠੇ ਖੜ੍ਹੇ ਹਾਂ ਤੁੰਗਾਂ ਦਾ ਅਤੇ ਹੋਰ ਕਈ ਪਿੰਡਾਂ ਦਾ। ਸੋ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ 1500 ਏਕੜ ਦੇ ਕਰੀਬ ਜਿਹੜੀ ਹੈ ਜਗ੍ਹਾ ਆਪਾਂ ਜਿੱਥੇ ਜਿੱਥੇ ਆਪਣੀ ਨਿਗਾਹ ਜਾ ਰਹੀ ਹੈ 1500 ਏਕੜ ਜ਼ਮੀਨ ਜਿਹੜੀ ਹੈਗੀ ਹੈ ਲੋਕਾਂ ਦੀ ਤਬਾਹ ਹੋ ਗਈ ਹੈ ਕਿਉਂਕਿ ਇਹਦੇ ਵਿੱਚ ਪਾਣੀ ਪਾਣੀ ਫਿਰ ਰਿਹਾ। ਸੋ ਮੈਂ ਸਰਕਾਰ ਤੋਂ ਇੱਕ ਮੰਗ ਕਰਦਾ ਕਿ ਸਰਕਾਰ ਦੀਆਂ ਨਲਾਇਕੀਆਂ ਬਹੁਤ ਵੱਡੀਆਂ ਨੇ, ਪਰ ਸਰਕਾਰ ਹੁਣ ਇੱਕ ਕੰਮ ਕਰੇ ਕਿ ਕਿਸਾਨਾਂ ਨੂੰ 40,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ ਤਾਂ ਕਿ ਕਿਸਾਨ ਆਪਣੇ ਜੀਆਂ ਨੂੰ ਬਚਾ ਸਕੇ ਅਤੇ ਆਪਣੇ ਆਪ ਨੂੰ ਬਚਾ ਸਕੇ ਕਿਉਂਕਿ ਕਿਸਾਨ ਜਿਹੜਾ ਭੁੱਖਮਰੀ ਦਾ ਪਹਿਲਾਂ ਹੀ ਸ਼ਿਕਾਰ ਹੈ ਅਤੇ 3 ਵਾਰੀ ਫਸਲਾਂ ਬੀਜ ਚੁੱਕੇ ਨੇ, ਹੁਣ ਕਿਸਾਨਾਂ ਨੂੰ 40,000 ਰੁਪਏ ਮੁਆਵਜ਼ਾ ਦੇਣ ਕਿਉਂਕਿ ਸਰਕਾਰ ਦੀ ਨਲਾਇਕੀ ਹੈ। ਜੇ ਡਰੇਨਾਂ ਸਾਫ਼ ਹੁੰਦੀਆਂ ਤਾਂ ਇਹ ਹਾਲਾਤ ਨਹੀਂ ਸੀ ਬਣਨੇ। ਨਾਭਾ ਤੋਂ ਹਰਮੀਤ ਮਾਨ ਦੀ ਰਿਪੋਰਟ, ਪੰਜਾਬ ਟੂਡੇ।